ਜੱਜ ਦੇ ਘਰ ਚੋਰ ਪੈ ਗਏ ਨੇ ਔਰ ਸਲੋ ਐਂਡ ਆਰਡਰ ਦੇ ਉੱਤੇ ਵੱਡਾ ਸਵਾਲ ਹੈ ਕਦੇ ਡੀਐਸਪੀ ਦੇ ਘਰੇ ਚੋਰੀ ਤੇ ਕਦੇ ਜੱਜ ਦੇ ਘਰ ਚੋਰੀ ਉਹ ਬੰਦੇ ਜਿਹੜੇ ਕਿ ਮੋਤਵਾਰ ਨੇ ਸੁਸਾਇਟੀਆਂ ਦੇ ਉਹ ਬੰਦੇ ਜਿਹਨਾਂ ਦੇ ਸਿਰ ਦੇ ਉੱਤੇ ਆਮ ਬੰਦਾ ਸੋਚਦਾ ਹੈ ਕਿ ਅਸੀਂ ਸੁਰੱਖਿਆ ਤਾਂ ਜੇਕਰ ਉਹਨਾਂ ਦੇ ਘਰੇ ਐਦਾਂ ਦੀਆਂ ਵਾਰਦਾਤਾਂ ਹੋਣ ਲੱਪੈਣ ਤਾਂ ਸਵਾਲ ਵੱਡੇ ਉੱਠਦੇ ਨੇ ਫਿਲਹਾਲ ਲੁਧਿਆਣਾ ਦਾ ਇਹ ਪੂਰਾ ਮਾਮਲਾ ਕਹਿੰਦੇ ਆ ਕਿ ਜੱਜ ਜਿਹੜਾ ਸੀਗਾ ਉਹਦੇ ਘਰ ਦੇ ਪਿਛਲੇ ਦਰਵਾਜ਼ੇ ਥਾਣੀ ਇਹ ਚੋਰ ਆਉਂਦੇ ਨੇ ਔਰ ਉਸ ਘਰ ਦੇ ਵਿੱਚੋਂ ਜਿਹੜਾ ਆ ਬਹੁਤ ਜ਼ਿਆਦਾ ਸਮਾਨ ਜਿਹੜਾ ਲੁੱਟ ਕੇ ਫਰਾਰ ਹੋ ਜਾਂਦੇ ਨੇ 43 ਇੰਚ ਇੰਚੀ ਐਲਸੀਡੀ ਆ 12 ਕਹਿੰਦੇ ਲੇਡੀਜ਼ ਬ੍ਰਾਂਡਡ ਘੜੀਆਂ ਨੇ ਇੱਕ ਆਈਫੋਨ 6 ਹੈ ਔਰ ਦੂਸਰਾ ਆਈਫੋਨ 7 ਹੈ ਔਰ ਇਸ ਤੋਂ ਇਲਾਵਾ ਕਹਿੰਦੇ ਦੋ ਸਿਲੰਡਰ ਚਾਂਦੀ ਦੇ ਜਿਹੜੇ ਗਹਿਣੇ ਨੇ ਉਹ ਲੈ ਕੇ ਫਰਾਰ ਹੋ ਗਏ ਨੇ ਚੋਰ ਔਰ ਸਾਰਾ ਸਮਾਨ ਜਿਹੜਾ ਇੱਕ ਬਿਕਰ ਕੀਤਾ ਦਰਅਸਲ ਇਹ ਮਾਮਲਾ ਉਦੋਂ ਪਤਾ ਲੱਗਾ ਜਦੋਂ ਜਿਹੜਾ ਮੇਨ ਐਂਟਰਗੇਟ ਜਿਹੜਾ ਆ ਉਹਦੇ ਥਾਣੀ ਜੱਜ ਐਂਟਰ ਹੁੰਦਾ ਆ ਤੇ ਜਦੋਂ ਅੰਦਰ ਜਾਂਦਾ ਹੈ ਤੇ ਪੂਰਾ ਸਮਾਨ ਰਫਾ ਦਫਾ ਹੋਇਆ ਮਿਲਦਾ ਹੈ ਫਿਲਹਾਲ ਪੁਲਿਸ ਨੇ ਮਾਮਲਾ ਜਿਹੜਾ ਆ 305 ਦੀ ਬੀਐਸ ਦੀ ਬੀਐਨਐਸ ਦੀ ਧਾਰਾ 305 ਦੇ ਤਹਿਤ ਮਾਮਲਾ ਦਰਜ ਕਰ ਲਿਆ ਔਰ ਅਗਲੀ ਕਾਰਵਾਈ ਸ਼ੁਰੂ ਕਰ ਦਦੀ ਆ ਪਰ ਸਵਾਲ ਇਹ ਖੜਾ ਹੁੰਦਾ ਆ ਕਿ ਪ੍ਰਸ਼ਾਸਨ ਜਿਹੜਾ ਆ ਲਾਅ ਐਂਡ ਆਰਡਰ ਜਿਹੜਾ ਆ ਉਹਦੇ ਤੇ ਵੱਡੇ ਸਵਾਲ ਖੜੇ ਹੁੰਦੇ ਆ ਕਿ ਜੇ ਐਡੇ ਰੈਪਿਊਟੇਟਡ ਬੰਦਾ ਜਿਹਨੂੰ ਆਪਾਂ ਕਹਿ ਲਿਆ ਕਿ ਸਿਕਿਉਰਿਟੀ ਮਾਨ ਮਤਾ ਆ ਜਿਹੜਾ ਆ ਉਸ ਉਸ ਦੇ ਘਰੇ ਚੋਰੀ ਹੋ ਜਾਣੀ ਜੱਜ ਦੇ ਘਰੇ ਚੋਰੀ ਹੋ ਜਾਣੀ ਤਾਂ ਆਪਣੇ ਆਪ ਦੇ ਵਿੱਚ ਇਹ ਮਹਿਲਾ ਜੱਜ ਸੀਗੀ ਔਰ ਕਹਿੰਦੇ ਆ ਵੀ ਕਿਉਂਕਿ ਉਦੇ ਤੁਸੀਂ ਅੰਦਾਜ਼ਾ ਲਾਓ ਉਹ ਬੰਦੇ ਜਿਵੇਂ ਪਹਿਲਾਂ ਥੋੜੇ ਦਿਨ ਪਹਿਲਾਂ ਸਾਨੂੰ ਇੱਕ ਖਬਰ ਆਈ ਸੀ ਕਿ ਡੀਐਸਪੀ ਦੇ ਘਰੋਂ ਜਿਹੜਾ ਆ ਟੰਬ ਛੱਲਾ ਲੈ ਕੇ ਬੰਦਾ ਚੋਰ ਚੋਰੀ ਕਰਨ ਵਾਲਿਆਂ ਨੇ ਕੰਮ ਕਰਦੀਆਂ ਸੀ ਉਹਦੇ ਘਰੋਂ ਚੋਰੀ ਕਰਕੇ ਫਰਾਰ ਹੋ ਗਈਆਂ ਪਰ ਹੁਣ ਇੱਕ ਫਿਰ ਵੱਡੀ ਖਬਰ ਹੈ ਕਿ ਜੱਜ ਦੇ ਘਰੋਂ ਇਹ ਚੋਰੀ ਹੋਣੀ ਜੱਜ ਦੇ ਘਰ ਦੇ ਪਿਛਲੇ ਬੰਨੇ ਥਾਣੀ ਐਂਟਰ ਹੋਣਾ ਤੇ ਉਸ ਤੋਂ ਬਾਅਦ ਚੋਰੀ ਕਰਕੇ ਫਰਾਰ ਹੋ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਆ ਕਿ ਕਿਵੇਂ ਕੋਈ ਚੋਰ ਜਿਹੜਾ ਆ ਦਿਨ ਦਿਹਾੜੇ ਕਿਸ ਰੈਪਿਊਟੇਡ ਬੰਦੇ ਦੇ ਘਰ ਦੇ ਉੱਤੇ ਚੋਰੀ ਕਰ ਸਕਦਾ ਹੈ ਇਸ ਤੋਂ ਇਲਾਵਾ ਜਿਹੜਾ ਚੋਰੀ ਦਾ ਸਮਾਨ ਹੈ ਉਹ ਨੋਟ ਕਰ ਲਿਆ ਗਿਆ ਆ ਪੁਲਿਸ ਅਗਲੀ ਕਾਰਵਾਈ ਕਰ ਰਹੀ ਆ ਪਰ ਸਵਾਲ ਫਿਰ ਦੁਆਰਾ ਤੋਂ ਲਾ ਐਂਡ ਆਰਡਰ ਦੇ ਉੱਤੇ ਆਉਂਦੇ ਆ ਕਿ ਡੀਐਸਪੀ ਜੱਜ ਜਾਂ ਡੀਐਸਪੀ ਇੱਥੇ ਸੁਰੱਖਿਅਤ ਨਹੀਂ ਤੇ ਫਿਰ ਆਮ ਬੰਦਾ ਕੀ ਤਵਕਕ ਕਰ ਸਕਦਾ ਹੈ ਕਿ ਉਹਨਾਂ ਦੇ ਸਮਾਨ ਦੀ ਰੱਖਿਆ